ਜੀਟੂ ਵਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੀਆਂ ਦਾ ਪ੍ਰੋਗਰਾਮ ਮਨਾਇਆ ਵਾ ਅਤੇ ਮੈਨੂੰ ਬੜਾ ਮਨ ਖੁਸ਼ ਹੋਇਆ ਵੀ ਜਦੋਂ ਸ੍ਰੀ ਕ੍ਰਾਂਤੀ ਮੁਨੀ ਟ੍ਰੇਨਿੰਗ ਸੈਂਟਰ ਦੇ ਬੱਚੇ ਕਹਿੰਦੇ ਅਸੀਂ ਤੀਆਂ ਦਾ ਪ੍ਰੋਗਰਾਮ ਮਨਾਉਣਾ ਵਾ, ਚਲੋ ਮੈਂ ਕਿਹਾ ਮਨਾ ਲੂੰਗਾ। ਅਤੇ ਜਦੋਂ ਦੇਖਿਆ ਇਹਨਾਂ ਨੇ ਚਾਰਟ ਲਾਏ ਹੋਏ ਆ ਇੱਥੇ, ਅਤੇ ਆਹ ਦੇਖੀ ਇਹਨਾਂ ਨੇ ਕਿੰਨਾ ਵਧੀਆ ਲਿਖਿਆ, ਬੁੱਢਾ ਨਾਲ ਸਾਫ ਰੋਡ ਅਤੇ ਸਾਨੂੰ ਕੈਂਸਰ ਤੋਂ ਬਚਾਓ, ਕਿਉਂਕਿ ਇਹਨਾਂ ਬੱਚਿਆਂ ਨੂੰ ਵੀ ਪਤਾ ਵਾ ਵੀ ਕੈਂਸਰ ਹਸਪਤਾਲ ਜਿਹੜਾ ਹੈਗਾ ਵਾ ਉੱਥੇ 6 ਸਾਲ ਦੇ ਜਵਾਕ ਵੀ ਕੈਂਸਰ ਦੇ ਪੀੜਤ ਹਨ। ਪਰ ਸਾਡੀ ਸਰਕਾਰਾਂ ਸ਼ਾਸਤ ਕਰਦੀਆਂ ਨੇ ਕਿਉਂਕਿ ਬਿਮਾਰੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਇਹਨਾਂ ਦੇਖੋ ਹੋਰ ਵੀ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਸੀ। ਜਿਹੜੇ ਨਸ਼ੇ ਹੈਗੇ ਆ ਉਹ ਨਸ਼ਿਆਂ ਦੇ ਖਿਲਾਫ਼ ਵੀ ਇਹਨਾਂ ਨੇ ਇੱਕ ਮੁਹਿੰਮ ਇੱਥੇ ਅੱਜ ਸੰਦੇਸ਼ ਦਿੱਤਾ ਵਾ ਵੀ ਜਿਹੜੇ ਨਸ਼ੇ ਹੈਗੇ ਆ ਚਿੱਟਾ ਨਸ਼ਾ ਅਤੇ ਮੈਡੀਕਲ ਨਸ਼ੇ ਆਹ ਲੋਕਾਂ ਨੂੰ ਬਰਬਾਦ ਕਰ ਰਹੇ ਨੇ ਕਿਹਾ, ਅਤੇ ਵੀ ਇਹਨਾਂ ਤੋਂ ਰੋਕਥਾਮ ਹੋਣੀ ਚਾਹੀਦੀ ਆ ਕਿਉਂਕਿ ਬੱਚਿਆਂ ਨੇ ਜਿਵੇਂ ਦੱਸਿਆ ਹੀ ਆ ਵੀ ਮੁੰਡੇ ਨਹੀਂ ਕੁੜੀਆਂ ਵੀ ਹੁਣ ਤਾਂ ਨਸ਼ੇ ਕਰਨ ਲੱਗ ਗਈਆਂ ਨੇ, ਆਪਾਂ ਰੋਜ਼ ਹੀ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ। ਫਿਰ ਇਹਨਾਂ ਨੇ ਦੇਖੋ ਕਿੰਨਾ ਵਧੀਆ ਇੱਥੇ ਇਹਨਾਂ ਨੇ ਕੀਤਾ ਵਾ, ਆਹ ਦੇਖ ਕਹਿੰਦੇ ਦਰੱਖਤ ਲਾਓ, ਸਾਡੀਆਂ ਸਰਕਾਰਾਂ ਦਰੱਖਤ ਪੜਦੀਆਂ ਰਹੀਆਂ ਨੇਗੀਆਂ, ਦਰੱਖਤ ਪੜ ਪੜ ਕੇ ਨਾਲ ਕਲੋਨੀਆਂ ਬਣਦੀਆਂ ਨੇ ਉਹ 'ਚ ਦਰੱਖਤ ਨਹੀਂ ਲਾਉਂਦੇ। ਅਤੇ ਕਹਿੰਦੇ ਪਾਣੀ ਵੀ ਬਚਾਉਣਾ ਵਾ ਕਿਉਂਕਿ ਪਾਣੀ ਆਪਾਂ ਨਜਾਇਜ਼ ਘਰਾਂ ਦੇ ਵਿੱਚ ਵਰਤੋਂ ਹੁੰਦੀ, ਸਾਡੇ ਵੀ ਹੋ ਜਾਂਦੀ ਆ ਕਈ ਵਾਰ ਗੁੱਸਾ ਕਿਸੇ ਦਾ, ਕਿਸੇ ਦੇ ਆ ਬਾਲਟੀ ਦੇ ਬਾਲਟੀ ਆਪਾਂ ਡੁੱਲੀ ਜਾਂਦੇ ਹਾਂ, ਨਹਾਉਣ ਲੱਗੇ ਵੀ ਆਪਾਂ 6-6 ਬਾਲਟੀਆਂ ਨਾਲ ਯੂਜ ਕਰਦੇ ਹਾਂ। ਵੀ ਸਾਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਆ ਕਿਉਂਕਿ ਪਾਣੀ ਹਮੇ ਥੱਲੇ ਆ ਗਏ, ਪਹਿਲੇ ਨਲਕੇ ਲੱਗੇ ਹੁੰਦੇ ਸੀਗੇ ਅਤੇ ਅੱਜ ਕੱਲ੍ਹ ਬੋਰਾਂ ਨਾਲ ਪਾਣੀ ਕੱਢ ਰਹੇ, ਸਾਡੇ ਯਾਨੀ ਆਹ ਜੀਵਨ ਦੀਆਂ ਮੁੱਢਲੀ ਲੋੜਾਂ ਨੇ। ਬਾਕੀ ਮੈਂ ਬੱਚਿਆਂ ਨੂੰ ਆ ਦੇਖੋ ਕਿਊਟ ਕਿਊਟ ਬੱਚੇ ਨੇ ਅੱਜ, ਅਤੇ ਬੜਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਇਹਨਾਂ ਦਾ, ਯਾਨੀ ਕਹਿਣ ਦਾ ਭਾਵ ਬੜੇ ਯਾਨੀ ਇਹਨਾਂ ਦਾ ਮੈਂ ਰਹਿਣੀ ਹਾਂ ਕਿਉਂਕਿ ਇਹ ਸੰਦੇਸ਼ ਅਸੀਂ ਦੇ ਰਹੇ ਹਾਂ। ਚਲੋ ਜਿਹੜੇ ਬਦਦਿਮਾਗ ਹੁੰਦੇ ਉਹਨਾਂ ਦੇ ਖਾਣੇ 'ਚ ਤਾਂ ਗੱਲ ਪੈਂਦੀ ਨਹੀਂ, ਜਿਹੜੇ ਹੈਗੇ ਦਿਮਾਗੀ ਬੰਦੇ ਹੈਗੇ ਉਹਨਾਂ ਦੇ ਖਾਣੇ ਵਿੱਚ ਗੱਲ ਪਊਗੀ ਕਿ ਉਹ ਪਾਣੀ ਦੀ ਘੱਟ ਵਰਤੋਂ ਕਰਨਗੇ। ਬਾਹਰ ਨਹੀਂ ਕਹਿੰਦਾ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।